gentlemen. My name is Jerry Singh Gariwal from NRA Press Club and NRS News Media, NRAPress.com, Los Angeles, California. Welcome to all our NRA Press Club team, participants, and guests for today's hot topic on July 10th, 2022. Our today's hot topic is Bhagwant Mann's batting. According to our survey, more than 70% NRAs believe that Bhagwant Mann took great step for his marriage. On behalf of NRA Press Club and NRA readers, we congratulate Bhagwant Mann and Dr. Gurpreet Kaur. Some NRA scholars, when they watch that worldwide media, is talking about some kind of like this. Was CM Bhagwant Mann's batting really simple marriage? That's a question here. Some question raised, why all media coverage for private functions? Media made this marriage very attractive. Even NRAs would like to be see his live marriage. Some people slept 2 o'clock in California. I know that. And was this bedding or living coverage could have been be bordered? Main Peshwara Singh ji to start karanga. Then we will continue one by one. ये सिंपल मैरिज फील कर दियो जां तुसी इहदे विच थोड़ा गाइड करो की चीज है गुरुवाल जी तुसी आज दे टॉपिक नु जिवें आप ही दस्या कि इहदे दो पहलू ने पहला मुख्यमंत्री जी की शादी बारे मुख्यमंत्री जी की शादी वाला उन्हां दा निजी ते परिवारिक फैसला जिस करके मेरे समझ विच पंजाबियों वल्लों वी ते मीडिया वल्लों वी शुभ इशारों दे अलावा वाधू दखलअंदाजी जां बहुता वाह वास्ता नहीं होना चाहिए हाँ ਦੋਵਾਂ ਧਿਰਾਂ ਦੇ ਧਿਆਨ ਗੋਚਰਾ ਇਹ ਇਤਫਾਕ ਜ਼ਰੂਰ ਹੈ ਜਿਸ 'ਤੇ ਮੀਡੀਆ ਨੂੰ ਬਾਜ਼ ਅੱਖ ਰੱਖਣ ਦੀ ਲੋੜ ਹੈ ਅਤੇ ਵਿਰੋਧੀਆਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਉਹ ਇਹ ਕਿ ਜਦੋਂ ਅੱਜ ਮੁੱਖ ਮੰਤਰੀ ਜੀ ਦਾ ਆਪਣਾ ਹਨੀਮੂਨ ਸ਼ੁਰੂ ਹੋ ਰਿਹਾ ਉਦੋਂ ਉਹਨਾਂ ਦੀ ਆਮ ਪਾਰਟੀ ਦੀ ਨਵੀਂ ਬਣੀ ਨਕੋਰ ਨਵੀਂ ਨਕੋਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ 'ਤੇ ਖਰਾ ਉਤਰਨ ਵਾਲਾ ਹਨੀਮੂਨ ਸਮਾਪਤ ਹੋ ਰਿਹਾ ਹੈ ਅਤੇ ਲੋਕ ਉਹਨਾਂ ਲਮਕਦੇ ਮੁੱਦਿਆਂ 'ਤੇ ਮੁਸ਼ਕਲਾਂ ਭਰੇ ਸਵਾਲਾਂ ਦੇ ਜਵਾਬਾਂ ਦੀ ਨਹੀਂ ਉਹਨਾਂ ਦੇ ਸਮਾਧਾਨ ਦੀ ਉਡੀਕ ਕਰ ਰਹੇ ਹਨ ਚੋਣਾਂ ਵੇਲੇ ਜਿਨ੍ਹਾਂ ਦੀ ਦਿੱਲੀ ਵੱਲੋਂ ਗਰੰਟੀ ਦਿੱਤੀ ਗਈ ਸੀ ਤੇ ਲੋਕਾਂ ਨੇ ਪੂਰਨ ਭਰੋਸਾ ਜਤਾ ਕੇ ਉਹ ਰਵਾਇਤੀ ਪਾਰਟੀਆਂ ਨਕਾਰੀਆਂ ਸਨ ਜਿਵੇਂ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਨਸ਼ਾਖੋਰੀ ਬੇਰੁਜ਼ਗਾਰੀ ਮਾਫੀਆਕਾਰੀ ਭ੍ਰਿਸ਼ਟਾਕਾਰੀ ਵਗੈਰਾ ਦੇ ਖਾਤਮੇ ਸੰਬੰਧੀ ਥੋੜ੍ਹੀ ਬਹੁਤ ਹਿਲਜੁਲ ਦੇ ਇਲਾਵਾ ਉਹ ਮੁੱਦੇ ਉਹਨਾਂ ਮੁਤਾਬਕ ਅਜੇ ਜਿਉਂ ਦੇ ਤਿਉਂ ਖੜੇ ਉਹ ਇੱਕ ਕਦਮ ਅੱਗੇ ਤੇ ਦੋ ਕਦਮ ਸਰਕਾਰ ਵੱਲੋਂ ਪਿੱਛੇ ਵੱਲ ਜਾਂਦੇ ਵੀ ਉਤਸੁਕਤਾ ਨਾਲ ਵੇਖ ਰਹੇ ਹਨ ਸੋ ਇਸ ਵੇਲੇ ਮੈਂ ਸਮਝਦਾ ਕਿ ਪੈਨਲ ਦੇ ਬਾਕੀ ਮੈਂਬਰ ਦੇ ਵਿਚਾਰ ਵੀ ਸੁਣ ਲੈਣੇ ਚਾਹੀਦੇ ਹਨ ਇਸ ਵੇਲੇ ਮੇਰੇ ਵੱਲੋਂ ਇਸ ਟੌਪਿਕ ਤੇ ਇੰਨਾ ਕੀ ਥੈਂਕ ਯੂ ਬਿਰਕ ਸਾਹਿਬ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂਕਿ ਜਿਸ ਤਰੀਕੇ ਢਿੱਲੋ ਸਾਹਿਬ ਨੇ ਕਿਹਾ ਕਿ ਆਲਰੇਡੀ ਇੱਕ ਨਿੱਜੀ ਫੈਸਲਾ ਆ ਤੇ ਸਾਨੂੰ ਸਵਾਗਤ ਵੀ ਕਰਨਾ ਚਾਹੀਦਾ ਹੈ ਤੇ ਐਜ ਏ ਬੀਇੰਗ ਪੰਜਾਬੀ ਜਿਹੜਾ ਆ ਕਿ ਕੋਈ ਸੈਕੰਡ ਮੈਰਿਜ ਜਿਹੜੀ ਆ ਕੋਈ ਮਾੜੀ ਚੀਜ਼ ਨਹੀਂ ਹੈ ਕਿਉਂਕਿ ਦੇਖੋ ਪਾਣੀ ਜਿਹੜਾ ਰੁਕਿਆ ਨਾ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਚੱਲਦੇ ਰਹਿਣੀ ਜ਼ਿੰਦਗੀ ਰਵਾਨਗੀ ਆ ਦਰਿਆ ਵਾਂਗੂ ਸੋ ਉਹਨਾਂ ਨੇ ਜੋ ਫੈਸਲਾ ਲਿਆ ਆ ਉਹਨਾਂ ਦੇ ਕਈ ਇਹੋ ਜਿਹੇ ਆਉਣ ਵਾਲੇ ਸਮੇਂ 'ਚ ਕੁਐਸਚਨ ਉੱਠਣੇ ਸੀਗੇ ਜਿਹਨਾਂ ਨੂੰ ਸਟੋਪ ਕਰ ਦਿੱਤਾ ਗਿਆ ਐਡਵਾਂਸ ਵਿੱਚ ਹੀ ਕਿਉਂਕਿ ਇੱਕ ਬਹੁਤ ਵੱਡੀ ਸਰਕਾਰ ਚਲਾ ਰਹੇ ਆ ਉਹਦੇ ਵਿੱਚ ਫੀਮੇਲ ਜਿਹੜੇ ਵਿਧਾਇਕ ਵੀ ਲੇਡੀਜ਼ ਨਾਲ ਹੈਗੀਆਂ ਤੇ ਕਿਉਂਕਿ ਜਦੋਂ ਵਿਰੋਧੀ ਧਿਰ ਹੁੰਦੀ ਹੈ ਨਾ ਉਹਦੇ 'ਚ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਆ ਤੇ ਅਜਿਹੀਆਂ ਚੀਜ਼ਾਂ ਦੇ ਉੱਪਰ ਵੀ ਕੁਐਸਚਨ ਮਾਰਕ ਜਿਹੜਾ ਲੱਗਣਾ ਸੀਗਾ ਉਹਨਾਂ ਨੂੰ ਵੀ ਇਹਨਾਂ ਨੇ ਖਤਮ ਕਰ ਦਿੱਤਾ ਨਾਲ ਦੂਸਰਾ ਸੀਗਾ ਕਿ ਜਿਹੜੀ ਫੈਮਿਲੀ ਦੇ ਵਿੱਚ ਆਲਰੇਡੀ ਇੱਕ ਬੜਾ ਤਗੜੀ ਕਸ਼ਮਕਸ਼ ਹੈ ਕਿਉਂਕਿ ਪਹਿਲਾਂ ਬੰਦੇ ਦਾ ਟੁੱਟਣਾ ਫਿਰ ਉਸ ਬਿਖਰੇ ਹੋਏ ਨੂੰ ਇਕੱਠਾ ਕਰਕੇ ਤੇ ਆਪਣੇ ਨੈਤਿਕਤਾ ਦੇ ਨਾਲ ਨਾਲ ਚੱਲਦਿਆਂ ਹੋਇਆਂ ਉਸ ਕਸ਼ਮਕਸ਼ ਦੇ ਵਿੱਚੋਂ ਫਿਰ ਸਟਰਗਲ ਕਰਕੇ ਉੱਠ ਕੇ ਦੁਬਾਰਾ ਖੜੇ ਹੋਣਾ ਤੇ ਫਿਰ ਇੱਕ ਇਹੋ ਜਿਹੇ ਮੁਕਾਮ ਤੇ ਪਹੁੰਚ ਜਾਣਾ ਜਿਹੜਾ ਇੱਕ ਆਮ ਘਰ ਦੇ ਲੜਕੇ ਵਾਸਤੇ ਬੜਾ ਮੁਸ਼ਕਲ ਆ ਤੇ ਉਹ 'ਚ ਮੈਂ ਸਮਝਦਾ ਕਿ ਮਾਨ ਸਾਹਿਬ ਦੇ ਬੜੀ ਤਗੜਾ ਸਟਰੈਂਥ ਆ ਮੈਂਟਲੀ ਤੌਰ 'ਤੇ ਵੀ ਫਿਜੀਕਲੀ ਤਾਕਤ ਜਿਹੜੀ ਉਹਨੂੰ ਮਿਲੀ ਪੰਜਾਬੀਆਂ ਨੂੰ ਉਹ ਵੀ ਆ ਨਾਲ ਕਿ ਉਹ ਇੱਕ ਵਾਰੀ ਟੁੱਟਿਆ ਆ ਬਿਖਰਿਆ ਆ ਪੂਰੀ ਤਰ੍ਹਾਂ ਮਾਨਸਿਕ ਤੌਰ 'ਤੇ ਆਪਣੇ ਨਿੱਜੀ ਰਿਸ਼ਤਿਆਂ ਦੇ ਵਿੱਚ ਵੀ ਪਰ ਫਿਰ ਖੜਾ ਹੋ ਰਿਹਾ ਆ ਤਾਂ ਉਸ ਜਿਹੜਾ ਉਹਦਾ ਖੜੇ ਹੋਣ ਦੇ ਵਿੱਚ ਜਦੋਂ ਦੇਖੋ ਕਿ ਵਿਆਹ ਵਰਗਾ ਜਿਹੜਾ ਇੱਕ ਆਪਾਂ ਕਹਿ ਦਿੰਦੇ ਬਹੁਤ ਐਕਸਾਈਟਮੈਂਟ ਪਲ ਹੁੰਦਾ ਪਰ ਉਸ ਟਾਈਮ ਵੀ ਅਗਰ ਤੁਸੀਂ ਮੀਡੀਆ ਦੀ ਕਵਰੇਜ ਦੇਖੋ ਤਾਂ ਉਹਦੇ ਚਿਹਰੇ ਤੋਂ ਕਸ਼ਮਕਸ਼ ਜਿਹੜੀ ਹੈ ਨਾ ਉਹ ਦਿਖ ਰਹੀ ਹੈ ਕੁਛ ਗਵਾਉਣ ਦੀ ਤੇ ਕੁਛ ਨਵਾਂ ਪਾਉਣ ਦੇ ਵਿੱਚ ਜਿਹੜੀ ਉਹ ਦੁਬਿਧਾ ਨਾ ਉਹਦੇ ਵਿੱਚ ਉਹਦੇ ਚਿਹਰੇ ਤੇ ਸਾਫ਼ ਦਿਖ ਰਹੀ ਸੀਗੀ
पर यह फैसला जोड़ा लिया गया है पंजाबियों के और उन्होंने निजी रिलेशन के बड़ा व्डा फैसला है क्योंकि आने वाले समय से ये जो पॉजिटिव साइन जो दिखने शुरू हो गए। सो मीडिया के कई जगह पर नैगेटिविटी भी है, कुछ विरोधियों वालों भी कई यहोजे शब्द यूज किए गए हैं जेडे मेरे ख्याल उन्होंने चलो सोच मुताबक सही होने। जिस तरीके से बंदा परविश होता उदा के शब्द मूँह चु कड़ता है, पर खास करके जिदा तुम गल की कि एन आर आई भरावान वाले क्योंकि उत्थे जिस माहौल च रेंदे आप एन आर आई असी मैंटली तौर पर काफ़ी वाइड हो चुके हैं। चंगे पार्टनर का नाल होना बहुत जरूरी जिंदगी अगर उन्होंने एक चंगा पार्टनर मिले इस रूप के आप सारा स्वागत करना चाहिए। तो यह बहुत वधिया फैसला है जिस तरीके का भी उन्होंने मौके पर डिसीजन लिया है चीज़ बारे। थैंक यू जी। जीवन गिल जी इस क्वेश्चन पर लेके आ रहे हैं। वैसे कुछ लोग बैठा सी डोंट वांट टू क्रिटिसाइज मान क्योंकि ही इज डूइंग ग्रेट जॉब फॉर पंजाब। लोगों के मन च हैगा कि वो जो बड़े बड़े स्टेप ले रहे हैं ना करप्शन वास्ते हाँ जी पहला मैं क्या इस इशू तो कर लो तो जेडी तुसी कर वही मैं जा रहा ना उसे ते आ रहे हैं उसे ते आ रहे हैं रिकॉर्ड कर दे है गया। सेकंडली जी कई शादी कुछ बंदे ये भी सोचते हैं कि वह अपनी प्राइवेट ही सीधा ही गुरुद्वारे च करवा चुप करके दसदा ही ना किसी ने दसिया ही नहीं है पहला एडा इशू बनाता वर्ल्ड वाइड कि मीडिया ने इन्ना चपया कि लोगों की अट्रैक्शन हो गई भी छेती छेती देखते ही रहो हूँ देखते ही रहो सब जे फिर सिंपल मैरिज इन्हों हो सिंपल मैरिज ना या तो गलती हो गई उन्हों तो या फिर यह चुप करके उसे शादी आपके प्राइवेट कराते करा के घर आ जाते लै जी मैं अनाउंस करता शादी करा ली ना पहली वाइफ न मतलब बच्चों ना हो रहा ना पब्लिक ना बट यू थिंक अबाउट दैट लोगों का यह है होर तो नहीं कुछ असं उन्होंने करैक्ट नहीं कर रहे हैं वी लाइक इट वट एवर ही डिड इट। जीवन गिल जी थैंक यू गैरी जी। पहला तो यानी कि अपने वालों सारे दोनों परिवारों को बधाई जिथे हैगी जिस तरह अपने बाकी पैनलिस्ट ने भी किया है यही उन्होंने निजी मसला सीगा ते उन्होंने जिहड़ा भी स्टैप लिया है इज इन राइट डायरेक्शन। हाँ उन्होंने जिहड़े पब्लिक किदां देख रही हैगी आलवेज डिफरेंट वे ऑफ एवरीबडी सीज इट बट कई चीजा जिद निकल के आ रही है भी जी हम तुम गल कर रहे हैं वे इट इज प्रजेंटिड वो कई बंद नहीं ठीक लग रही हैगी है जिस हिसाब न जो असि किया उन्होंने पुराने बयान जेडे भी जो उन्होंने पहली मैरिज तो अलग हुए थे उदो उन्होंने कहा भी आई लैफ्ट माई फैमिली लाइफ फॉर पंजाब What is going to happen with this one? That is raising a question to the people. ਉਹ ਚੀਜ਼ਾਂ ਯਾਨੀ ਕਿ ਕਈ ਵਾਰੀ ਹੁੰਦੀਆਂ ਹੈਗੀਆਂ ਪਰ ਜੇ ਉਹੀ ਆ ਵੀ ਹੁਣ ਜਦੋਂ ਆਮ ਇੱਥੇ ਵੀ ਅਸੀਂ ਵੇਖਦੇ ਹੈਗੇ ਆ ਨਾਰਥ ਅਮਰੀਕਾ ਦੇ ਵਿੱਚ ਇਟ ਇਜ਼ ਅ ਕਾਮਨ ਈਵਨ 70 ਸਾਲ ਦੇ ਵੀ ਮੈਰਿਜ ਕਰਾ ਰਹੇ ਹੈਗੇ ਆ ਇਹ ਤਾਂ ਕੋਈ ਡਿਫਰੈਂਸ ਉਹਦੇ 'ਚ ਕੋਈ ਵੱਡਾ ਇਸ਼ੂ ਨਹੀਂ ਹੈਗਾ ਪਰ ਜਿਹੜੇ ਨੈਗੇਟਿਵ ਹੁੰਦੇ ਬੰਦੇ ਉਹਨਾਂ ਨੇ ਆਪਦੇ ਆਪਦੀ ਯਾਨੀ ਕਿ ਛੱਡੀ ਜਾਣੀ ਹੁੰਦੀ ਹੈਗੀ ਆ ਪਰ ਮੋਰ ਆਫ ਦੀ ਪੀਪਲ ਆਰ ਥਿੰਕ ਦੈਟ ਇਫ ਸ਼ੀ ਇਜ਼ ਗੋਇੰਗ ਟੂ ਪਲੇ ਏ ਗੁੱਡ ਰੋਲ ਮਾਡਲ ਔਰ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਆ ਫਸਟ ਲੇਡੀ ਦੇ ਤੌਰ ਤੇ ਪੰਜਾਬ ਨੂੰ ਜਿਹੜੀ ਮਿਲੀ ਹੈਗੀ ਆ ਜੇ ਉਹ ਸਹੀ ਦਿਸ਼ਾ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਊਗੀ ਦੈਟ ਇਜ਼ ਗੋਇੰਗ ਟੂ ਬੀ ਏ ਪੋਜ਼ਿਟਿਵ ਸਟੈਪ ਫੋਰ ਪੰਜਾਬ ਐਂਡ ਹਰਿਆਣਾ ਕਿਉਂਕਿ ਉੱਥੇ ਉਹ ਜਿਹੜਾ ਪੰਜਾਬ ਤੇ ਹਰਿਆਣਾ ਦਾ ਵਖਰੇਵਾਪਣ ਹੋਇਆ ਹੈਗਾ ਉੱਥੇ ਉਹ ਡਾਕਟਰ ਗੁਰਪ੍ਰੀਤ ਕੌਰ ਜੀ ਉਹਨੂੰ ਇਕੱਠਾ ਕਰ ਸਕਦੇ ਹੈਗੇ ਆ ਪਰ ਹੁਣ ਉਹਦੇ ਚ ਜਿਹੜੇ ਆ ਕਈ ਚੀਜ਼ਾਂ ਯਾਨੀ ਕਿ ਦੇਖਣ ਨੂੰ ਆ ਰਹੀਆਂ ਹੈਗੀਆਂ ਵੀ ਜਿਹੜਾ ਦਿੱਲੀ ਦੇ ਜਿਹੜਾ ਆਮ ਲੋਕਾਂ ਦਾ ਅੱਗੇ ਵੀ ਇਹਦੇ ਤੇ ਕਾਫੀ ਰਿਜੈਂਟਮੈਂਟ ਹੈਗੀ ਆ ਵੀ ਦੀ ਗਵਰਨਮੈਂਟ ਇਜ਼ ਰਨ ਫਰੋਮ ਦਿੱਲੀ ਵੀ ਜਿੱਥੇ ਕਿ ਕੇਜਰੀਵਾਲ ਨੇ ਚਾਹੇ ਉਹਨਾਂ ਦੇ ਫਾਦਰ ਦਾ ਰੋਲ ਪਲੇ ਕੀਤਾ ਹੈਗਾ ਰਾਘਵ ਚੱਡੇ ਨੇ ਹਾਂਜੀ ਪਰ ਉਹ ਸਾਰੇ ਕੁਐਸਚਨ ਕ੍ਰੀਏਟ ਕਰ ਰਿਹਾ ਹੈਗਾ ਵੀ ਦੈਟ ਇਜ਼ ਵਟ ਲਾਈਕ ਇਟ ਇਜ਼ ਮੇਕਿੰਗ ਮੋਰ ਨਿਊਜ਼ ਬਟ ਜੇ ਉਹੀ ਹੈ ਨਾ ਵੀ ਜੇ ਤੁਸੀਂ ਕਿਹਾ ਹੈਗਾ ਵੀ ਸਿੰਪਲ ਫਿਰ ਉਹਦੇ ਚ ਯਾਨੀ ਕਿ ਇੰਨਾ ਸਾਨੂੰ ਮੀਡੀਆ ਦੇ ਤਾਮ ਜਾਮ ਕਰਨ ਦੀ ਲੋੜ ਨਹੀਂ ਸੀਗੀ ਵੀ ਦੈਟ ਇਜ਼ ਵਟ ਇਜ਼ ਦੈਟ ਏ ਕੋਸਟ ਫਰੋਮ ਹਿਜ਼ ਓਨ ਪਾਕਟ ਔਰ ਇਜ਼ ਦਿਸ ਏ ਗਵਰਨਮੈਂਟ ਕੋਸਟ ਲਾਈਕ ਉਹ ਚੀਜ਼ਾਂ ਲੇਟਰ ਔਨ ਇਹ ਕੰਮ ਕ੍ਰੋਸ ਹੋਣੀਆਂ ਹੈਗੀਆਂ ਉਹਦਾ ਉਹਨਾਂ ਨੂੰ ਆਨਸਰ ਕਰਨਾ ਪੈਣਾ ਹੈਗਾ ਤੇ ਇਹ ਚੀਜ਼ਾਂ ਨੂੰ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਵੀ ਜਿੰਨਾ ਵੀ ਉਹ ਘੱਟ ਤੋਂ ਘੱਟ ਇਹ ਚੀਜ਼ਾਂ ਕਰਨ ਕਿਉਂਕਿ ਪੰਜਾਬ ਦਾ ਜਿਹੜਾ ਨਾਗਰਿਕ ਹੈਗਾ ਉਹ ਇਹ ਵੇਖ ਰਿਹਾ ਹੈਗਾ ਚਾਹੇ ਬਾਹਰ ਬੈਠਾ ਵੀ ਐਨ ਆਰ ਆਈ ਵੀ ਇਹੀ ਦੇਖ ਰਿਹਾ ਹੈਗਾ ਵੀ ਪੰਜਾਬ ਦੀ ਬੈਟਰਮੈਂਟ ਵਾਸਤੇ ਕੀ ਹੋ ਰਿਹਾ ਹੈਗਾ ਹੁਣ ਜਿਹੜੇ ਕਈ ਚੀਜ਼ਾਂ ਤੁਸੀਂ ਸਟੈਪਸ
अनाउंस करते हैं कि उन्होंने अकॉम्पलिश करने का की हैगा भी जो जाने की कई चीजा का तुम नैगेटिव साइड वेख लेने है भी हम इसे कॉस्ट बंदा देखता है भी वेयर दैट कॉस्ट इज गोइंग टू कम फ्रॉम चीजा आके इन्हों प्रॉब्लम भी देनगियां तो ये इन्होंने जाने के अक्स से फर्क पैना ही पैना है So that is what I congratulate them on this their decision. Hopefully, like they can play a better role to make a role model to for Punjab and Haryana to make accomplish something better for the society. Anji Harinder Chima ji, Patil saab, tohada. मैं इस करके किया है जो सैकंड पार्ट है तो बहुत काम का होना मैंने पता काफ़ी पार्टीशन वधिया करोगे जोड़ा पहला पार्ट है वह तो मैं सिर्फ इस करके असी लिया है वैसे बहुत क्रिटिकल नहीं पर पिछौरा सिंह ने मैं जब डिस्कशन की थोड़ा जहा सू लग्या बई ये तो मीडिया ने कमाल करती है ये कहते मैं भी 1:30 बजे सुता मैं भी 1:30 बजे सुता ये तो कमाल करती है मतलब होर भी दुनिया ने देखा होना वर्ल्ड वाइड ये तो बहुत मीडिया ने किन्ना खर्च किया कि एडवरटाइजमेंट चली होनी क्या बात है चलो जी हरिंदर जी चीमा साहब हाँ जी थैंक यू गैरी गैरी जी मैं पता इंडिकेशन मिल गई थी जीवन जीवन कहता कि सैकंड पार्ट जाना है देखो फर्स्ट पार्ट जितों तक हैगा ठीक है सारे प्राइवेट लाइफ हैगी परसनल लाइफ जिस भी होनी होप प्रे करते हैं होप करते हैं कि चंगी लाइफ हो गई अगर फर्स्ट सैकंड थर्ड डजंट मैटर जिनी देर थोड़ा रिलेशनशिप ठीक निबड़ता वी वेलकम दैट पर जितों तक ये रिलेटड की गल है कि मीडिया या होर चीज़ा ही सर जो सीएम है वह जो छिक भी मारू तो वह भी प्राइवेट नहीं रही है सो इवेंट का जो बनना चाहे प्राइवेट मैरिज है परसनल इशू है पर मीडिया ने तो बनना ही बनना क्योंकि ही सीएम परसन बंदा नहीं है आम आदमी नहीं है इस टाइम सीएम है बाकी विरक जी भी अनऑफिशियल गल च पहला कह रहे थे कि आई टी सैल बड़ा स्ट्रोंग है सर उन्होंने भी पर कित ना कि प्रमोट आई टी सैल से मीडिया सारे ने करना सो उस लैवल से इशू बनाया अदरवाइज ठीक है तो इन्ना होना भी सीगा कोई शक नहीं कोई गलत गल नहीं हैगी पर साडे वल्लों यही है कि दुआवां ने कि चंगी तरह फ्यूचर टाइम आए तो कॉन्ग्रेचुलेशन बेस्ट विशेस सत श्री अकाल जी सत श्री अकाल जी पहला तो मान साहब बधाई दें जी उन्होंने ब्याह दिया पर जिस तरह अपने चीमा साहब ने आख्या पब्लिक फिगर ने बेशक जिनी मर्जी प्राइवेटली कुछ कर दे जा छोटा कर दे जा बड़ा कर दे मीडिया ने तो गल चकनी चकनी सी पर दूजे पासे यही पर उन्होंने थां ते मैं हुंदा मैं कहना सी जी किन्ने किन्ने करोड़ रुपया मीडिया वाले तो लैंदा ते उन्होंने कहता तां मैं फोटो रिलीज करदा जिस तरह साडे बाहर लिया बाहर अपनिया सेलेब्रिटीज कर दिया ने नाले पार्टी फंड बनता ते नाले ओह लोकां नू डोनेट कर दे ए होना चाहिदा सी क्यों अपने बाहर कोई भी जदों बड़ा कोई सेलेब्रिटी ब्याह करवाउंदा जां ओह करवाउंदा ओह बहुत क्लोज डोर दे विच करदे ने ते उस तों बाद ओह आपदी फोटो रिलीज करदे ने ए तां हैगा वैस्टर्न कल्चर पर इंडियन कल्चर भी अजकल करदा इस तरह ही आ ओह डिफरेंट तरह करदा ਉਹ ਸਾਹਮਣੇ ਨਹੀਂ ਲੈਂਦਾ ਉਹ ਬਿਹਾਇੰਡ ਲੈ ਲੈਂਦਾ ਇਹ ਇੰਡੀਆ ਚ ਵੀ ਚੱਲ ਰਿਹਾ ਹੈ ਕੰਮ ਇਟਸ ਨੋ ਡਾਊਟ ਤੇ ਦੂਜੇ ਪਾਸੇ ਮਾਨ ਸਾਹਿਬ ਨੂੰ ਸਾਡੇ ਵੱਲੋਂ ਸਲੂਟ ਜੀ ਤੇ ਬਹੁਤ ਖੁਸ਼ ਆ ਉਹਨਾਂ ਦੇ ਸੈਕਿੰਡ ਵਿਆਹ ਤੇ ਬਹੁਤ ਸੋਹਣੀ ਉਹਨਾਂ ਦੇ ਮਿਸਿਜ ਨੇ ਪੜ੍ਹੇ ਲਿਖੇ ਨੇ ਤੇ ਉਹਨਾਂ ਦਾ ਸਾਥ ਦੇਣਗੇ ਥੈਂਕ ਯੂ ਬਿਊਟੀਫੁਲ ਗੁਪਤਾ ਸਾਹਿਬ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਗੁਪਤਾ ਜੀ ਮੈਂ ਸਮਝਦਾ ਕਿ ਇਹ ਥੋੜਾ ਉੱਚੀ ਬੋਲੋ ਥੋੜਾ ਜਿਹਾ हाँ जी मैं सोचता कि कोई बहुत वड्डी इवेंट नहीं है बाकी देखो ये फर्स्ट टाइम एनी चीफ मिनिस्टर इंडिया च इदा मैरिज कर रहा है मैनू नहीं लगता कोई इंडिपेंडेंट इंडिया तो बिना कोई इदा दा चीफ मिनिस्टर ने मैरिज की हो फस्ट पॉइंट सैकेंड पॉइंट यह है कि देखो उन्होंने कितनी सैक्रीफाइस है वो पंजाब चले गए अपनी चलो फैमिली सैटल्ड ही सी अमरीका च क्या प्रॉब्लम सी उन्होंने कहा मैं पंजाब की सेवा करनी इस तो वड्डी कंट्रीब्यूशन आदमी की हो ही नहीं सकती पॉलिटिशियन दा बार उच्चा घर रख कर दिता शादी करके फ्यूचर दे विच कोई भी पॉलिटिशियन ओदा डिवोर्स होया जां कुछ होया ओह इस तरह जिस तरह राजा लई फिरदा सी इस तरह लैके लेडीज नूं तुरिया नहीं फिरूगा ही रेज द बार फॉर द पॉलिटिशियंस चलो तां ग्रेवाल साहब हाँ, यूजुअल हुंदा गुप्ता जी उनो, चलो गुप्ता अच्छा, जी क्यों गुप्ता जी इज इट इज दैट ट्रुथ इज दैट ट्रुथ स्टोरी
ਜਦੋਂ ਬਾਹਰ ਰੇਡ ਕੀਤਾ ਹੁਣ ਪੋਲਿਟਿਕਸ ਆ ਚਾਂਜੀ ਪਾਰਟ ਹੋ ਗਿਆ ਗੁਪਤਾ ਜੀ ਤੁਸੀਂ ਐਕਸਪਲੇਨ ਕਰੋ ਹੁਣ ਇਹਨਾਂ ਦਾ ਉਹ ਲੰਬਾ ਪੈ ਜਾਏਗਾ ਯੂ ਆਰ ਆਈਡੀਅਲ ਨਾਟ ਨੈਸੈਸੀ ਅਦਰ ਵਿਲ ਬੀ ਆਈਡੀਅਲ ਤੁਸੀਂ ਇੱਕ ਐਗਜ਼ਾਮਪਲ ਐ ਸਿਰਫ ਦੂਜੀ ਗੱਲ ਇਹ ਕਹਿਣੀ ਹੈ ਗੁਪਤਾ ਜੀ ਉਹਨੇ ਬਾਹਰ ਰੇਜ਼ ਕੀਤਾ ਪੋਲਿਟਿਕਸ ਦਾ ਪੋਲਿਟਿਕਸ ਦਾ ਬਾਹਰ ਤਾਂ ਰੇਜ਼ ਹੋਏਗਾ ਜਦ ਪੋਲਿਸੀਆਂ ਇੰਪਲੀਮੈਂਟ ਹੋਣੀਆਂ ਹੈ ਨਹੀਂ ਇਹ ਵੀ ਇੱਕ ਛਾਤੀਆਂ ਨਾਲ ਹੀ ਇੱਕ ਚਲੋ ਛੱਡੋ ਇੱਕ ਰਾਘਵ ਚੱਡਾ ਜਿਹੜਾ ਪੰਜਾਬ ਦਾ ਕੰਪੇਨ ਇੰਚਾਰਜ ਸੀ ਉਹਨਾਂ ਨੇ ਕੋਈ ਮਿਨਿਸਟਰ ਨਹੀਂ ਬੁਲਾਇਆ ਕੋਈ ਵੱਡੀ ਅਪੋਜੀਸ਼ਨ ਨਹੀਂ ਬਣਾਈ ਕੋਈ ਐਮ ਐਲ ਏ ਬਣਾਏ ਦੈਟ ਇਜ਼ ਅ ਵੰਡਰਫੁਲ ਥਿੰਗ ਵੰਡਰਫੁਲ ਦੈਟ ਇਜ਼ ਅ ਪੁਆਇੰਟ ਸੈਕਿੰਡ ਥਰਡ ਜੇ ਤੁਹਾਡੀ ਫੈਮਿਲੀ ਕੰਪਲੀਟ ਹੈ ਨਾ ਕਿਉਂਕਿ ਦੇਖੋ ਜਿਹੜਾ ਯੂਨੀਵਰਸ ਹੈ ਨਾ ਉਹ ਫੈਮਿਲੀ ਦੇ ਸਿਰ ਤੇ ਚੱਲਦਾ ਸਾਡੇ ਵਾਜਪਾਈ ਅਨਮੈਰਿਡ ਸੀ ਮੋਦੀ ਅਨਮੈਰਿਡ ਹੈ ਯੋਗੀ ਨਾਥ ਅਨਮੈਰਿਡ ਹੈ ਇਹਨਾਂ ਨੂੰ ਰਿਐਲਿਟੀ ਆਫ ਲਾਈਫ ਕੀ ਪਤਾ ਫੈਮਿਲੀ ਤੋਂ ਬਿਨਾਂ ਦੇਸ਼ ਨਹੀਂ ਚੱਲਦੇ ਈਵਨ ਮੈਂ ਪੁਟਿਨ ਦੀ ਹਿਸਟਰੀ ਪੜ੍ਹ ਰਿਹਾ ਸੀ ਪੁਟਿਨ ਰਸ਼ੀਆ ਦਾ ਬੜਾ ਇੰਪੋਰਟੈਂਟ ਲੀਡਰ ਹੈ ਇਹਨੇ ਵੀ ਚਲੋ ਸੈਕਿੰਡ ਥਰਡ ਮੈਰਿਜ ਕੀਤੀ ਜਿੰਨੇ ਵੀ ਵਰਲਡ ਦੇ ਟੋਪ ਦੇ ਲੀਡਰ ਹੈ ਨਾ ਦੇਖੋ ਮਾਓ ਸੇ ਤੁੰਗ ਦੀ ਵੀ ਜਿਹਨੇ ਵਰਲਡ ਦੀ ਹਿਸਟਰੀ ਕ੍ਰੀਏਟ ਕੀਤੀ ਚਾਈਨਾ 'ਚ ਰੈਵੋਲੂਸ਼ਨ ਕੀਤਾ ਔਰ ਚਾਈਨਾ ਅੱਜ ਜਿਸ ਸਟੇਜ 'ਤੇ ਖੜਾ ਹੈ ਉਹ ਮਾਓ ਦੀ ਕੰਟਰੀਬਿਊਸ਼ਨ ਗੁੱਡ ਔਰ ਬੈਡ ਵਾਟ ਐਵਰ ਯੂ ਥਿੰਕ ਉਹਨੇ ਵੀ ਸੈਕਿੰਡ ਮੈਰਿਜ ਕੀਤੀ ਸੋ ਜਿਹੜਾ ਮੈਰਿਜ ਦਾ ਕੰਸੈਪਟ ਹੈ ਨਾ ਇਹ ਯੂਨੀਵਰਸਲ ਹੈ ਯੂਨੀਵਰਸਲ ਇਟ ਵਿਲ ਰਿਮੇਨ ਯੂਨੀਵਰਸਲ ਅਤੇ ਮੈਰਿਜ ਤੋਂ ਬਿਨਾਂ ਤੁਸੀਂ ਆਦਮੀ ਕੰਪਲੀਟ ਹੀ ਨਹੀਂ ਹੁੰਦਾ ਆਦਮੀ ਓਕੇ ਗੁਪਤਾ ਜੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਇਹ ਤੁਸੀਂ ਬਾਹਰਲਿਆਂ ਦੀ ਐਗਜ਼ਾਮਪਲ ਦਿੱਤੀ ਆ ਮਾਓ ਦੀ ਐਗਜ਼ਾਮਪਲ ਦੇਤੀ ਤੁਸੀਂ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਐਗਜ਼ਾਮਪਲ ਦੇਤੀ ਤੁਸੀਂ ਹੋਰਾਂ ਦੀ ਦੇਤੀ ਤੁਸੀਂ ਇੰਡੀਆ ਦੇ ਕਿਸੇ ਵੱਡੇ ਬੰਦੇ ਦੀ ਨਹੀਂ ਐਗਜ਼ਾਮਪਲ ਦਿੱਤੀ ਹੈਗੀ ਇਹ ਜਿਹੜਾ ਬਾਹਰ ਰੇਜ਼ ਕੀਤਾ ਆਪਣੇ ਸੀਐਮ ਸਾਹਿਬ ਨੇ ਇਹ ਪੋਲੀਟੀਸ਼ੀਅਨਾਂ ਦੀ ਗੱਲ ਦੀ ਹੱਡੀ ਬਣ ਜੂ ਅੱਜ ਬਣੀ ਹੋਈ ਆ ਹੁਣ ਕੋਈ ਇਹ ਬਹੁਤ ਵੱਡਾ ਇਸ਼ੂ ਨਹੀਂ ਹੈ ਇੰਡੀਆ ਦੇ ਅੰਦਰ ਵੈਰੀ ਗੁੱਡ ਜਿਸ ਤਰੀਕੇ ਆਪਣੇ ਗਰੇਵਾਲ ਸਾਹਿਬ ਨੇ ਗੱਲ ਕੀਤੀ ਆ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਸਟੇਟਮੈਂਟ ਹੈ ਕਿਉਂਕਿ ਦੇਖੋ ਗੁਪਤਾ ਜੀ ਦਾ ਜਿਹੜਾ ਇੱਕ ਯੂਨੀਵਰਸਲ ਸਟੇਟਮੈਂਟ ਹੈ ਸਹੀ ਹੈ ਪਰ ਕਿਉਂਕਿ ਅਸੀਂ ਇੱਥੇ ਫੀਲਡ ਤੇ ਰਹਿੰਦੇ ਹਾਂ ਤੇ ਇੱਕ ਛੋਟੀ ਜਿਹੀ ਆਪਾਂ ਐਗਜ਼ਾਮਪਲ ਆਪਾਂ ਪਰਸਨਲੀ ਵੀ ਲਈਏ ਦੇਖੋ ਅਸੀਂ ਸਾਰੇ ਕੋਈ ਵੀ ਕਿਸੇ ਜਗ੍ਹਾ ਤੇ ਵਿਚਰਦੇ ਹਾਂ ਤੇ ਅਸੀਂ ਉਸ ਜਗ੍ਹਾ ਤੇ ਕਦੇ ਵੀ ਰਿਸ਼ਤਾ ਨਹੀਂ ਕਰਨਾ ਚਾਹਾਂਗੇ ਜਿਸ ਪਰਿਵਾਰ ਦੇ ਵਿੱਚ ਜਿਹੜਾ ਉਹਦਾ ਮੋਢੀ ਹੁੰਦਾ ਨਾ ਉਹਦਾ ਚਰਿੱਤਰਹੀਨ ਜਿਹਨੂੰ ਆਪਾਂ ਸ਼ੁੱਧ ਕਹਿ ਲਈਏ ਪੰਜਾਬੀ ਚਰਿੱਤਰਹੀਨ ਹੋਵੇ ਤਾਂ ਆਪਾਂ ਉਹਦੇ ਨਾਲ ਕਦੇ ਵੀ ਰਿਸ਼ਤਾ ਨਹੀਂ ਕਰਾਂਗੇ ਐਕਸੈਪਟ ਨਹੀਂ ਕਰਾਂਗੇ ਨਾ ਉੱਥੇ ਰਿਲੇਸ਼ਨ ਬਣਾਉਣੀ ਤੇ ਅਸੀਂ ਕਿਹੋ ਜਿਹੇ ਲੋਕ ਸੀਗੇ ਕਿ ਅਸੀਂ ਕੈਪਟਨ ਦੇ ਬਾਰੇ ਸਾਰਾ ਕੁਛ ਮੀਡੀਆ 'ਚ ਆਉਣ ਦੇ ਬਾਵਜੂਦ ਜਾਣਦੇ ਹੋਣ ਦੇ ਅਸੀਂ ਉਹਨੂੰ ਪੰਜਾਬ ਦਾ ਮੁਖੀ ਬਣਾਇਆ ਹੋਇਆ ਸੀ ਸਾਡਾ ਮੁੱਖ ਮੰਤਰੀ ਸੀਗਾ ਤੇ ਸ਼ਰੇਆਮ ਇੱਕ ਗੈਰ ਔਰਤ ਜਿਹੜੀ ਕਿ ਗੈਰ ਦੇਸ਼ ਦੀ ਸੀਗੀ ਨਾਲ ਤੁਰਿਆ ਫਿਰਦਾ ਈਵਨ ਇੰਨੇ ਰਾਈਟ ਦਿੱਤੇ ਹੋਏ ਸੀਗੇ ਕਿ ਉਹ ਜਿੰਨੀਆਂ ਬਦਲੀਆਂ ਪੰਜਾਬ 'ਚ ਹੋ ਰਹੀਆਂ ਸੀ ਮੈਂ ਕਿਉਂਕਿ ਤਾਂ ਦੱਸ ਰਿਹਾ ਥੋੜੀ ਐਗਜ਼ਾਮਪਲ ਦੇ ਰਿਹਾ ਪੰਜਾਬ 'ਚ ਜਿੰਨੀਆਂ ਵੱਡੀਆਂ ਬਦਲੀਆਂ ਹੋਈਆਂ ਉਹ ਸਾਰੀਆਂ ਰੂਸਾਂ ਰਾਹੀਂ ਕੀਤੀਆਂ ਗਈਆਂ ਵਿਦ ਪ੍ਰੂਫ ਸਾਡੇ ਕੋਲ ਚੀਜ਼ਾਂ ਪਈਆਂ ਹੋਈਆਂ ਨੇ ਪਰ ਕਿਉਂਕਿ ਉਹ ਆਪਾਂ ਉਹਨੂੰ ਇਸ ਕਰਕੇ ਕਹਿ ਦਿੰਦੇ ਹਾਂ ਕਿ ਚਲੋ ਕੋਈ ਨਹੀਂ ਉਹਨਾਂ ਦਾ ਨਿੱਜੀ ਮੈਟਰ ਸੀ ਹਕੀਕਤ ਇਹੋ ਹੀ ਹੈ ਕਿ ਜੋ ਐਗਜ਼ਾਮਪਲ ਭਗਵੰਤ ਮਾਨ ਜੀ ਨੇ ਸੈੱਟ ਕਰ ਦਿੱਤੀ ਆ ਜਾਂ ਤੇ ਪੋਲੀਟੀਸ਼ੀਅਨ ਜਿਹੜੇ ਆ ਉਹ ਔਨ ਸਕਰੀਨ ਚਾਹੇ ਆਫ ਸਕਰੀਨ ਜਿਹੜਾ ਹੈਗਾ ਆ ਉਹ ਆਪਣੀ ਜਿਹੜੀ ਪਰਸਨਲ ਲਾਈਫ ਆ ਉਹਨੂੰ ਉਦਾਂ ਹੀ ਟਰਾਂਸਪੇਰੈਂਟ ਰੱਖਣਗੇ ਜਿਸ ਤਰੀਕੇ ਐਜ਼ ਏ ਪੋਲੀਟੀਸ਼ੀਅਨ ਕਿਉਂਕਿ ਸ਼ੀਸ਼ੇ ਦੇ ਘਰ 'ਚ ਹੁੰਦਾ ਜੇ ਰਵੇ ਤੇ ਪਰ ਕਿਉਂਕਿ ਸਾਡੇ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਨੇ ਸਰਟੀਫਿਕੇਟ ਜਿਹੜੇ ਉਹ ਇੱਦਾਂ ਦੇ ਲਏ ਹੁੰਦੇ ਆ ਕਿਉਂ ਕਹਿੰਦੇ ਕਿ ਸਭ ਕੁਛ ਜਾਇਜ਼ ਆ ਮਾਨ ਸਾਹਿਬ ਦੀ ਜਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਆ ਇਹਦੇ ਨਾਲ ਇਹ ਲਕੀਰ ਏਡੀ ਲੰਮੀ ਹੋ ਜਾਣੀ ਹੈ ਕਿ ਜਿਹੜਾ ਨੈਕਸਟ ਪਰਸਨ ਚਿਹਰਾ ਇੱਥੇ ਆਊਗਾ ਪੰਜਾਬ 'ਚ ਸੀਐਮ ਦੇ ਤੌਰ ਤੇ ਇਸ ਲਕੀਰ ਨੂੰ ਵੱਡੀ ਕਰੂਗਾ ਤੇ ਮਾਨ ਸਾਹਿਬ ਦੇ ਕਦਮ ਉੱਪਰ ਜਾ ਸਕੂਗਾ ਅਗਰ ਲਕੀਰ ਵੱਡੀ ਨਾ ਹੋ ਸਕੀ ਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਐਗਜ਼ਾਮਪਲ ਹਮੇਸ਼ਾ ਰਹਿਣੀ ਹੈ ਕਿ ਜਿਸ ਤਰੀਕੇ ਮਾਨ ਸਾਹਿਬ ਨੇ ਆਪਣੀ ਨਿੱਜੀ ਲਾਈਫ ਜਿਹੜੀ ਆ ਉਹਨੂੰ ਵੀ ਟਰਾਂਸਪੇਰੈਂਟ ਕਰ ਲਿਆ ਜਿੱਦਾਂ ਉਹਨਾਂ ਦੀ ਰਾਜਨੀਤਿਕ ਲਾਈਫ ਸੀਗੀ ਤੇ ਇਹ ਬਹੁਤ ਵਧੀਆ ਐਗਜ਼ਾਮਪਲ ਸੈੱਟ ਹੋ ਗਈ ਜੀ ਪਿਸ਼ੌਰਾ ਸਿੰਘ ਜੀ ਕਲੋਜ਼ ਕਰੋ ਤਾਂ ਪਿਸ਼ੌਰਾ ਸਿੰਘ ਜੀ ਤੁਸੀਂ ਕਰੋ ਕਲੋਜ਼ ਪਿਸ਼ੌਰਾ ਸਿੰਘ ਜੀ ਮੇਰਾ ਖਿਆਲ ਹੈ ਕਿ ਇਨ ਡਿਊ ਕੋਰਸ ਇਹ ਜਿਹੜੀਆਂ ਅੱਜ ਜਿਹੜਾ ਚਰਚਾ ਇਹ ਲੋਕ ਭੁੱਲ ਜਾਣਗੇ ਇਹਦਾ ਇੰਪੈਕਟ ਪੰਜਾਬ ਦੀ ਡਿਵੈਲਪਮੈਂਟ ਨਾਲ ਉਹਨਾਂ ਗਰੰਟੀਆਂ ਨਾਲ ਉਹਨਾਂ ਵਾਅਦਿਆਂ ਨਾਲ ਕਿਵੇਂ ਆ ਉੱਥੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੀ ਕੈਬਨਿਟ ਜਿਹੜੀ ਉਹ ਕਿਵੇਂ ਪਰਫੋਰਮ ਕਰਦੀ ਹੈ ਉਹਦੇ ਤੇ ਸਾਰਾ ਕੁਝ ਮੁਨਸਰ ਹੋਵੇਗਾ ਜੇ ਉਹ ਪੋਜ਼ਿਟਿਵ ਆ ਤੇ ਇਹ ਸਾਰਾ ਕੁਝ ਜਿਹੜਾ ਨਾ ਉਹ ਬੈਕ ਹਿਸਟਰੀ ਜਿਹੜੀ ਆ ਉਹ ਪੋਜ਼ਿਟਿਵ ਹੋ ਜਾਏਗੀ
ਜੇ ਉਹਦੇ ਵਿੱਚ ਕੁਝ ਕੁਤਾਹੀਆਂ ਆਈਆਂ ਤੇ ਫਿਰ ਲੋਕੀ ਇਹਦੇ ਵਿੱਚ ਹੋਰ ਫਾਲਟ ਜਿਹੜੇ ਆ ਉਹ ਲੱਭਣਗੇ ਔਰ ਇਹਨੂੰ ਜਿਹੜਾ ਹੋਰ ਵਧਾ ਚੜਾ ਕੇ ਕਰਨਗੇ। ਸੋ ਇਹ ਮੁੱਖ ਮੰਤਰੀ ਵਾਸਤੇ ਜਿਹੜਾ ਇੱਕ ਇਮਤਿਹਾਨ ਦੀ ਘੜੀ ਆ, ਜਿਹੜਾ ਵਕਤ ਜਿਹੜਾ ਉਹ ਡਿਸਾਈਡ ਕਰੇਗਾ। ਪਰ ਜਿਵੇਂ ਉਹ ਬਾਰ ਬਾਰ ਕਹਿੰਦੇ ਆ, ਉਹ ਵੀ ਤੇ ਉਹਨਾਂ ਦੀ ਸਾਰੀ ਕੈਬਨਿਟ ਵੀ, ਕਿ ਸਾਡੀ ਨੀਅਤ ਔਰ ਨੀਤੀ ਵਿੱਚ ਕੋਈ ਫਰਕ ਨਹੀਂ। ਉਹ ਮਤਲਬ ਉਹ ਵਿਆਹੇ ਹੋਈਏ ਜਾਂ ਕੁਆਰੇ ਹੋਈਏ ਜਾਂ ਕੁਝ ਵੀ ਹੋਏ, ਉਹ ਬਰਕਰਾਰ ਰਹੇਗੀ, ਉਹ ਲੋਕ ਵੇਖਣਗੇ ਔਰ ਉਹਦੇ ਤੇ ਸਾਰਾ ਕੁਛ ਜਿਹੜਾ ਉਹ ਮਨਸਬ ਕਰੇ। ਥੈਂਕ ਯੂ ਜੀ ਪਿਸ਼ੌਰਾ ਸਿੰਘ ਜੀ। ਮੈਂ ਇਸ ਇਸ਼ੂ ਦੇ ਥੋੜੇ ਸੇ ਆ ਰਿਹਾ ਸੀਗਾ ਕਿ ਅਸੀਂ ਕੰਗ੍ਰੈਚੁਲੇਸ਼ਨ ਦੇਣੀ ਉਹਨਾਂ ਨੂੰ, ਜੋੜੀ ਨੂੰ, ਬੜੇ ਅੱਛੇ ਤਰੀਕੇ ਨਾਲ। ਉਹ ਲੜਕੀ ਬੜੀ ਪੜ੍ਹੀ ਲਿਖੀ ਹੈਗੀ ਆ ਔਰ ਮੇ ਬੀ ਮੈਡੀਕਲ ਏਰੀਆ ਆਲਸੋ ਸ਼ੀ ਕੈਨ ਹੈਲਪ ਲਾਟ ਆਫ ਸਟਾਫ ਇਨ ਫਿਊਚਰ, ਕਿਉਂਕਿ ਘਰ ਦੇ ਵਿੱਚ ਇਨਕੋਰੇਜਮੈਂਟ ਮਿਲਦੀ ਆ ਨਾ, ਉਹਨੇ ਸਾਰੀ ਚੀਜ਼ਾਂ ਗਾਈਡ ਕਰਨੀਆਂ ਨੇ, ਉਹਨੂੰ ਵਾਈਫ ਆ। ਸੋ ਆਈ ਥਿੰਕ ਮੈਡੀਕਲ ਏਰੀਏ ਦਾ, ਦੇਖੋ ਆਪਾਂ ਹਮੇਸ਼ਾ ਗੱਲਾਂ ਕਰਦੇ ਹਾਂ ਮੈਡੀਕਲ ਦੀਆਂ, ਅਗਰ ਮੈਡੀਕਲ ਦੀ ਇੰਪਰੂਵਮੈਂਟ ਹੋਊਗੀ ਪੂਰੀ ਨੇ ਕਰਤੀ, ਵੈਰੀ ਸਕਸੈਸ ਸਟੋਰੀ ਦੈਟ ਫਾਸ ਵੈਰੀ ਸਕਸੈਸ ਸਟੋਰੀ। ਥੈਂਕ ਯੂ ਵੈਰੀ ਮੱਚ ਫਾਰ ਦਿਸ ਪ੍ਰੋਗਰਾਮ, ਵੀ ਕੀਪ ਵੈਰੀ ਸ਼ੋਰਟ।